ਮਾਈਕਰੋਬਸ ਹਰ ਥਾਂ ਤੇ ਹੁੰਦੇ ਨੇ। ਇਹ ਅਜਿਹੇ ਅਣਦੇਖੇ ਜੀਵਾਂ ਦਾ ਸੰਸਾਰ ਹੈ ਜੋ ਜ਼ਿੰਦਗੀ ਨੂੰ ਚਲਾਉਣ ਦੇ ਵਿੱਚ ਮਦਦ ਕਰਦੇ ਨੇ। ਅਗਰ ਤੁਸੀਂ ਇਸ ਅਣਦੇਖੇ ਸੰਸਾਰ ਤੋਂ ਬਚਣਾ ਚਾਹੋ ਤਾਂ ਇਹ ਨਾਮੁਮਕਿਨ ਹੈ। ਇਹ ਦੁਨੀਆ ਜੀਵਤ ਜੀਵਾਂ ਦੇ ਨਾਲ ਭਰੀ ਹੋਈ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਨੂੰ ਤਾਂ ਅਸੀਂ ਵੇਖ ਵੀ ਨਹੀਂ ਸਕਦੇ। ਹੁਣ ਅਸੀਂ ਵੇਖਦੇ ਹਾਂ ਇਹ ਕਿਹੜੇ ਜੀਵ ਨੇ ਜੋ ਸਾਡੀ ਆਪਣੀ ਦੁਨੀਆ ਦਾ ਅਤਰੰਗ ਹਿੱਸਾ ਨੇ। ਬੱਚਿਓ, ਸੂਖਮ ਜੀਵਾਂ ਦੀ ਸੋਹਣੀ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਔਰਗੈਨਿਜ਼ਮਸ ਅਸੀਂ ਆਪਣੀਆਂ ਨੰਗੀਆਂ ਅੱਖਾਂ ਤੋਂ ਨਹੀਂ ਵੇਖ ਸਕਦੇ। ਇਹਨਾਂ ਨੂੰ ਵੇਖਣ ਲਈ ਸੂਖਮ ਦਰਸ਼ੀ ਦੀ ਜ਼ਰੂਰਤ ਕਰਨੀ ਪੈਂਦੀ ਹੈ। ਇਸੇ ਲਈ ਇਹਨਾਂ ਨੂੰ ਸੂਖਮ ਜੀਵ ਕਿਹਾ ਜਾਂਦਾ ਹੈ। ਸੂਖਮ ਜੀਵ ਦੇ ਅੰਦਰ ਵਿਸ਼ਾਣੂ, ਜੀਵਾਣੂ, ਕਾਈ, ਉਲੀ ਅਤੇ ਪ੍ਰੋਟੋਜ਼ੋਆ ਹੁੰਦੇ ਹਨ। ਸੂਖਮ ਜੀਵ ਮਦਦਗਾਰ ਵੀ ਹੋ ਸਕਦੇ ਹਨ ਅਤੇ ਹਾਨੀਕਾਰਕ ਵੀ। ਇਹ ਸਾਨੂੰ ਬਿਮਾਰ ਵੀ ਕਰ ਸਕਦੇ ਹਨ ਅਤੇ ਸਾਨੂੰ ਬਿਮਾਰੀ ਤੋਂ ਬਚਾ ਵੀ ਸਕਦੇ ਹਨ। ਇਹ ਭੋਜਨ ਪੈਦਾ ਵੀ ਕਰ ਸਕਦੇ ਹਨ ਅਤੇ ਫਸਲਾਂ ਨੂੰ ਖਰਾਬ ਵੀ ਕਰ ਸਕਦੇ ਹਨ। ਇਹ ਗਲੇ ਸੜੇ ਪਦਾਰਥਾਂ ਦਾ ਅਪਘਟਨ ਵੀ ਕਰ ਸਕਦੇ ਹਨ ਅਤੇ ਸਾਡੇ ਖਾਣ ਵਾਲੇ ਭੋਜਨ ਨੂੰ ਖਰਾਬ ਵੀ ਕਰ ਸਕਦੇ ਹਨ। ਹਾਂ, ਇਹਨਾਂ ਨਿੱਕੇ ਜੀਵ ਤੋਂ ਬਿਨਾਂ ਸਾਡੀ ਦੁਨੀਆ ਇੰਝ ਦੀ ਨਹੀਂ ਹੁੰਦੀ। ਚਲੋ, ਹੁਣ ਅਸੀਂ ਇਹਨਾਂ ਵਿੱਚੋਂ ਹੀ ਇੱਕ ਖੂਬਸੂਰਤ ਜੀਵ ਬਾਰੇ ਗੱਲ ਕਰੀਏ, ਪ੍ਰੋਟੋਜ਼ੋਆ। ਪ੍ਰੋਟੋਜ਼ੋਆ ਸਿੰਗਲ ਸੈਲਡ ਔਰਗੈਨਿਜ਼ਮਸ ਦਾ ਸਮੂਹ ਹੈ। ਮਤਲਬ ਹੈ ਇਹ ਕੇਵਲ ਇੱਕ ਸੈੱਲ ਤੋਂ ਹੀ ਬਣਿਆ ਹੁੰਦਾ ਹੈ। ਜ਼ਿਆਦਾਤਰ ਪ੍ਰੋਟੋਜ਼ੋਆ ਸੂਖਮ ਦਰਸ਼ੀ ਨਾਲ ਹੀ ਵੇਖੇ ਜਾ ਸਕਦੇ ਹਨ। ਇਹ ਬਹੁ ਸੈਲੀ ਸਜੀਵ ਦੀ ਤਰ੍ਹਾਂ ਹੀ ਸਾਹ ਲੈਂਦਾ ਹੈ, ਚੱਲਦਾ ਹੈ ਅਤੇ ਪ੍ਰਜਨਨ ਕਰਦਾ ਹੈ। ਇਹ ਪਾਣੀ ਅਤੇ ਨਮੀ ਵਾਲੀ ਜਗ੍ਹਾ ਵਿੱਚ ਰਹਿੰਦੇ ਹਨ। ਇਸ ਸਮੂਹ ਦੇ ਅੰਦਰ ਪੈਰਾਮੀਸ਼ੀਅਮ, ਯੂਗਲੀਨਾ ਅਤੇ ਅਮੀਬਾ ਹੁੰਦੇ ਹਨ। ਇਹ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਤੇ ਪ੍ਰਭਾਵ ਪਾਉਂਦੇ ਹਨ। ਪਰ ਕਿਸ ਤਰ੍ਹਾਂ? ਅੱਜ ਅਸੀਂ ਇਹਨਾਂ ਬਾਰੇ ਸਭ ਕੁਝ ਜਾਣਾਂਗੇ। ਇਹ ਜੀਵ ਕਿੰਨੀ ਤਰ੍ਹਾਂ ਦੇ ਹੁੰਦੇ ਹਨ, ਇਹ ਕਿੱਥੇ ਰਹਿੰਦੇ ਹਨ, ਇਹ ਸਾਡੇ ਨਾਲ ਕੀ ਕਰਦੇ ਹਨ। ਇਹਨਾਂ ਸਾਰੇ ਸਵਾਲਾਂ ਅਤੇ ਹੋਰ ਵੀ ਬਹੁਤ ਸਾਰੇ ਸਵਾਲਾਂ ਬਾਰੇ ਸਾਡੇ ਅੱਜ ਦੇ ਪਾਠ ਵਿੱਚ ਗੱਲ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਅੱਜ ਦੇ ਸਿੱਖਿਆ ਉਦੇਸ਼ ਵੇਖਦੇ ਹਾਂ। ਪ੍ਰੋਟੋਜ਼ੋਆ ਦੇ ਪ੍ਰਕਾਰ ਅਤੇ ਉਦਾਹਰਣ। ਪ੍ਰੋਟੋਜ਼ੋਆ ਦਾ ਵਰਗੀਕਰਨ ਅਤੇ ਉਹਨਾਂ ਦੇ ਨਾਂ। ਪ੍ਰੋਟੋਜ਼ੋਆ ਦੇ ਚੱਲਣ ਦਾ ਤਰੀਕਾ। ਮਨੁੱਖ ਲਈ ਪ੍ਰੋਟੋਜ਼ੋਆ ਦਾ ਆਰਥਿਕ ਮਹੱਤਵ। ਵੱਖ-ਵੱਖ ਪ੍ਰੋਟੋਜ਼ੋਆ ਦੇ ਨਿਵਾਸ ਸਥਾਨਾਂ ਦੀ ਚਰਚਾ। ਐਮੀਬਾ, ਪਲਾਜ਼ਮੋਡੀਅਮ, ਟ੍ਰੀਪੈਨਾਸੋਮਾ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ। ਇਹ ਸੰਸਾਰ ਵਿੱਚ ਸਾਰੇ ਜੀਵਾਂ ਦੀ ਤੁਲਨਾ ਵਿੱਚ ਪ੍ਰੋਟੋਜ਼ੋਆ ਇੱਕ ਅਜਿਹਾ ਜੀਵ ਹੈ ਜੋ ਗਿਣਤੀ ਅਤੇ ਬਾਇਓਮਾਸ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਪ੍ਰੋਟੋਜ਼ੋਆ ਭਾਵੇਂ ਇੱਕ ਹੀ ਸੈੱਲ ਦਾ ਬਣਿਆ ਹੁੰਦਾ ਹੈ, ਪਰ ਫਿਰ ਵੀ ਕਾਫੀ ਆਕਾਰਾਂ ਅਤੇ ਪ੍ਰਕਾਰਾਂ ਵਿੱਚ ਮਿਲਦਾ ਹੈ। ਹੁਣ ਤੁਹਾਨੂੰ ਅਜਿਹੇ ਸਥਾਨ 'ਤੇ ਲੈ ਕੇ ਚੱਲਦੇ ਹਾਂ ਜਿੱਥੇ ਤੁਸੀਂ ਕਾਫੀ ਸਾਰੇ ਪ੍ਰੋਟੋਜ਼ੋਆ ਬਗੈਰ ਸੂਖਮ ਦਰਸ਼ੀ ਤੋਂ ਵੇਖ ਸਕਦੇ ਹੋ। ਧਿਆਨ ਨਾਲ ਵੇਖੋ। ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਟੋਜ਼ੋਆ ਵੇਖੇ ਹਨ। ਭਾਵੇਂ ਇਹ ਸਰੂਪ
ਆਕਾਰ ਵਿੱਚ ਵੱਖਰੇ ਹੁੰਦੇ ਹਨ ਪਰ ਇਹ ਸਾਰੇ ਇੱਕ ਸੈਲੀ ਅਤੇ ਪਰਪੋਸ਼ੀ ਹੁੰਦੇ ਹਨ। ਪਰਪੋਸ਼ੀ ਦਾ ਅਰਥ ਹੈ ਉਹ ਜੀਵ ਜੋ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ। ਪ੍ਰੋਟੋਜ਼ੋਆ ਇੰਨੇ ਛੋਟੇ ਹੁੰਦੇ ਹਨ ਕਿ ਇਹ ਸੂਈ ਦੀ ਅੱਖ ਵਿੱਚੋਂ ਵੀ ਆਰਾਮ ਨਾਲ ਲੰਘ ਸਕਦੇ ਹਨ। ਪ੍ਰੋਟੋਜ਼ੋਆ ਦਾ ਮਾਪ ਅਤੇ ਪ੍ਰਕਾਰ। ਪ੍ਰੋਟੋਜ਼ੋਆ ਦਾ ਸਾਈਜ਼ 5 ਮਾਈਕਰੋਮੀਟਰ ਤੋਂ ਲੈ ਕੇ 500 ਮਾਈਕਰੋਮੀਟਰ ਤੱਕ ਹੁੰਦਾ ਹੈ। ਪ੍ਰੋਟੋਜ਼ੋਆ ਦੇ ਚੱਲਣ ਦੇ ਤਰੀਕੇ ਦੇ ਆਧਾਰ 'ਤੇ ਇਹਨਾਂ ਨੂੰ 3 ਸਮੂਹਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ, ਸਿਲੀਏਟਸ, ਐਮੀਬੋਇਡ, ਫਲੈਜੀਲੇਟਸ। ਸਿਲੀਏਟ ਇਹ ਪ੍ਰੋਟੋਜ਼ੋਆ ਦਾ ਉਹ ਸਮੂਹ ਹੈ ਜਿਸ ਵਿੱਚ ਬਹੁਤ ਸਾਰੇ ਪ੍ਰੋਟੋਜ਼ੋਆ ਹੁੰਦੇ ਹਨ। ਇਹਨਾਂ ਦੇ ਸਰੀਰ 'ਤੇ ਵਾਲਾਂ ਵਰਗੀਆਂ ਸੰਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੀਲੀਆ ਕਿਹਾ ਜਾਂਦਾ ਹੈ। ਵਾਲਾਂ ਵਰਗੀਆਂ ਸੰਰਚਨਾਵਾਂ ਦੇ ਕਾਰਨ ਹੀ ਇਹਨਾਂ ਨੂੰ ਸੀਲੀਏਟ ਕਿਹਾ ਜਾਂਦਾ ਹੈ। ਆਪਣੇ ਸੀਲੀਆ ਦੀ ਮਦਦ ਨਾਲ ਹੀ ਇਹ ਪਾਣੀ ਦੇ ਅੰਦਰ ਤੈਰ ਸਕਦੇ ਹਨ। ਸੀਲੀਆ ਇਹਨਾਂ ਦੀ ਭੋਜਨ ਗ੍ਰਹਿਣ ਕਰਨ ਵਿੱਚ ਵੀ ਮਦਦ ਕਰਦਾ ਹੈ। ਆਓ ਵੇਖੀਏ ਕਿਵੇਂ। ਇਹ ਪੈਰਾਮੀਸ਼ੀਅਮ ਹੈ ਜੋ ਇੱਕ ਸੀਲੀਏਟ ਹੈ। ਤੁਸੀਂ ਇਸ ਦੇ ਪੂਰੇ ਸਰੀਰ ਉੱਤੇ ਛੋਟੇ ਛੋਟੇ ਸਿਲੀਆ ਵੇਖ ਸਕਦੇ ਹੋ ਜੋ ਕਿ ਇਸ ਜੀਵ ਨੂੰ ਤੁਰਨ ਅਤੇ ਭੋਜਨ ਗ੍ਰਹਿਣ ਕਰਨ ਵਿੱਚ ਵੀ ਮਦਦ ਕਰਦੇ ਨੇ। ਤੁਸੀਂ ਇਸ ਵਿੱਚ ਜੋ ਮੂੰਹ ਵਰਗੀ ਆਕ੍ਰਿਤੀ ਵੇਖ ਰਹੇ ਹੋ, ਸਿਲੀਆ ਭੋਜਨ ਨੂੰ ਇਸ ਤੱਕ ਲਿਆਉਣ ਵਿੱਚ ਵੀ ਮਦਦ ਕਰਦਾ ਏ। ਐਮੀਬੋਇਡ ਪ੍ਰੋਟੋਜ਼ੋਆ। ਪ੍ਰੋਟੋਜ਼ੋਆ ਦਾ ਦੂਜਾ ਸਮੂਹ ਐਮੀਬੋਇਡ ਪ੍ਰੋਟੋਜ਼ੋਆ ਹੈ। ਇਸ ਤਰ੍ਹਾਂ ਦੇ ਪ੍ਰੋਟੋਜ਼ੋਆ ਵਿੱਚ ਸੂਡੋਪੂਡੀਆ ਬਣਦੇ ਹਨ ਜੋ ਕਿ ਇਸਦੀ ਮੂਵਮੈਂਟ ਅਤੇ ਭੋਜਨ ਗ੍ਰਹਿਣ ਕਰਨ ਵਿੱਚ ਸਹਾਇਕ ਹੁੰਦੇ ਹਨ। ਸੂਡੋਪੀਡੀਆ ਨੂੰ ਕਿਰਤਮ ਪੈਰ ਵੀ ਕਿਹਾ ਜਾਂਦਾ ਹੈ। ਆਓ ਇੱਕ ਐਮੀਬੋਇਡ ਪ੍ਰੋਟੋਜ਼ੋਆ ਵੇਖੀਏ। ਇੱਥੇ ਤੁਸੀਂ ਵੇਖ ਸਕਦੇ ਹੋ ਕਿ ਐਮੀਬਾ ਸੂਡੋਪੋਡੀਆ ਨਾਲ ਕਿਸ ਤਰ੍ਹਾਂ ਅੱਗੇ ਵੱਧ ਰਿਹਾ। ਇਸ ਸਮੂਹ ਦੇ ਕਈ ਮੈਂਬਰ ਬਿਮਾਰੀਆਂ ਫੈਲਾਉਂਦੇ ਨੇ। ਐਂਟਾਮੋਇਬਾ ਹਿਸਟੋਲੀਟਿਕਾ ਇੱਕ ਪਾਣੀ ਵਿੱਚ ਰਹਿਣ ਵਾਲਾ ਐਮੀਬੋਇਡ ਪ੍ਰੋਟੋਜ਼ੋਆ ਹੈ ਜੋ ਡਾਇਰੀਆ ਫੈਲਾਉਂਦਾ ਹੈ। ਇਹ ਦੂਸ਼ਿਤ ਪਾਣੀ ਅਤੇ ਭੋਜਨ ਰਾਹੀਂ ਸਰੀਰ ਵਿੱਚ ਪਹੁੰਚਦਾ ਹੈ। ਪ੍ਰੋਟੋਜ਼ੋਆ ਦਾ ਅਗਲਾ ਸਮੂਹ ਫਲੈਜੀਲੇਟਸ ਹੈ। ਫਲੈਜੀਲੇਟਸ ਪ੍ਰੋਟੋਜ਼ੋਆ ਦਾ ਇੱਕ ਹੋਰ ਸਮੂਹ ਹੈ ਜਿਸ ਨੂੰ ਅਸੀਂ ਫਲੈਜੀਲੇਟਸ ਕਹਿੰਦੇ ਹਾਂ। ਇਸ ਸਮੂਹ ਦੇ ਅੰਦਰ ਪ੍ਰੋਟੋਜ਼ੋਆ ਉੱਤੇ ਇੱਕ ਜਾਂ ਇੱਕ ਤੋਂ ਵੱਧ ਸਖਤ ਵਾਲਾਂ ਵਰਗੀਆਂ ਸੰਰਚਨਾਵਾਂ ਹੁੰਦੀਆਂ ਹਨ ਜਿਸ ਨੂੰ ਫਲੈਜੀਲਾ ਕਿਹਾ ਜਾਂਦਾ ਹੈ। ਇਹ ਫਲੈਜੀਲਾ ਜੀਵ ਨੂੰ ਪਾਣੀ ਦੇ ਅੰਦਰ ਅੱਗੇ ਅਤੇ ਪਿੱਛੇ ਮੂਵਮੈਂਟ ਕਰਨ ਵਿੱਚ ਮਦਦ ਕਰਦਾ ਹੈ। ਇਸ ਸਮੂਹ ਵਿੱਚ ਸਵੈਜੀਵੀ ਅਤੇ ਪਰਜੀਵੀ ਦੋਵੇਂ ਤਰ੍ਹਾਂ ਦੇ ਪ੍ਰੋਟੋਜ਼ੋਆ ਹੁੰਦੇ ਹਨ। ਇੱਥੇ ਤੁਸੀਂ ਯੁਗਲੀਨਾ ਦੇ ਸਰੀਰ 'ਤੇ ਸਖਤ ਵਾਲ ਵਰਗੀ ਸੰਰਚਨਾ ਵੇਖ ਸਕਦੇ ਹੋ ਜਿਸ ਨੂੰ ਅਸੀਂ ਫਲੈਜੀਲਾ ਕਹਿੰਦੇ ਹਾਂ। ਫਲੈਜੀਲੇਟ ਪੈਰਾਸਾਈਟਸ ਦਾ ਇੱਕ ਹੋਰ ਉਦਾਹਰਣ ਟ੍ਰਿਪੈਨਾਸੋਮਾ ਹੁੰਦਾ ਹੈ ਜੋ ਕਿ ਸਲੀਪਿੰਗ ਸਿਕਨੈਸ ਨਾਂ ਦੀ ਬਿਮਾਰੀ ਫੈਲਾਉਂਦਾ ਹੈ। ਹੁਣ ਤੱਕ ਅਸੀਂ ਪ੍ਰੋਟੋਜ਼ੋਆ ਦਾ ਉਸਦੇ ਚੱਲਣ ਦੇ ਢੰਗ ਅਨੁਸਾਰ ਵਰਗੀਕਰਨ ਕੀਤਾ ਹੈ। ਪ੍ਰੋਟੋਜ਼ੋਆ ਨਮੀ ਵਾਲੇ ਸਥਾਨਾਂ 'ਤੇ ਹੁੰਦਾ ਹੈ। ਸਵੈਜੀਵੀ ਪ੍ਰੋਟੋਜ਼ੋਆ ਸਮੁੰਦਰ ਦੇ ਸਾਫ਼ ਪਾਣੀ ਵਿੱਚ ਹੁੰਦੇ ਹਨ ਜਦਕਿ ਪਰਜੀਵੀ ਪ੍ਰੋਟੋਜ਼ੋਆ ਮ੍ਰਿਤ ਅਵਸ਼ੇਸ਼ਾਂ 'ਤੇ ਹੁੰਦੇ ਹਨ। ਇਹਨਾਂ ਵਿੱਚੋਂ ਕਈ ਸਪੀਸੀਜ਼ ਪੌਦਿਆਂ ਅਤੇ ਜਾਨਵਰਾਂ ਤੋਂ ਆਪਣਾ ਭੋਜਨ ਗ੍ਰਹਿਣ ਕਰਦੀਆਂ ਹਨ। ਹੁਣ ਅਸੀਂ ਵੇਖਦੇ ਹਾਂ ਇਹ ਕਿੱਥੇ ਕਿੱਥੇ ਰਹਿੰਦੇ ਹਨ। ਪ੍ਰੋਟੋਜ਼ੋਆ ਦਾ ਨਿਵਾਸ ਸਥਾਨ। ਪ੍ਰੋਟੋਜ਼ੋਆ ਹਰ ਜਗ੍ਹਾ 'ਤੇ ਹੁੰਦਾ ਹੈ, ਚਾਹੇ ਉਹ ਬਰਫੀਲੀਆਂ ਪਹਾੜੀਆਂ ਹੋਣ ਜਾਂ ਖੁਸ਼ਕ ਰੇਗਿਸਤਾਨ। ਇਹ ਗਹਿਰੇ ਸਮੁੰਦਰ ਵਿੱਚ ਅਤੇ ਪਾਣੀ ਦੀ ਉੱਪਰਲੀ ਸਤ੍ਹਾ 'ਤੇ ਵੀ ਮਿਲਦਾ ਹੈ। ਇੱਥੋਂ ਤੱਕ ਕਿ ਇਹ ਆਰਕਟਿਕ ਦੇ ਬਰਫੀਲੇ ਪਾਣੀ ਵਿੱਚ ਵੀ ਪਾਏ ਜਾਂਦੇ ਨੇ।
ਪ੍ਰੋਟੋਜ਼ੋਆ ਦੀਆਂ ਕੁਝ ਜਾਤੀਆਂ ਜਾਨਵਰਾਂ ਦੇ ਸਰੀਰ ਅੰਦਰ ਦੂਸਰੇ ਮਾਈਕਰੋਬਸ ਨਾਲ ਰਹਿੰਦੀਆਂ ਨੇ। ਉਹ ਖਾਣੇ ਦੇ ਤੱਤਾਂ ਨੂੰ ਸਧਾਰਨ ਅਣੂਆਂ ਦੇ ਰੂਪ ਵਿੱਚ ਤੋੜਨ ਵਿੱਚ ਮਦਦ ਕਰਦੇ ਨੇ। ਪ੍ਰੋਟੋਜ਼ੋਆ ਦੀਆਂ ਕੁਝ ਕਿਸਮਾਂ ਦੂਜੇ ਜੀਵਾਂ ਦੇ ਸਰੀਰ ਅੰਦਰ ਰਹਿੰਦੀਆਂ ਨੇ ਅਤੇ ਬਿਮਾਰੀ ਫੈਲਾਉਂਦੀਆਂ ਨੇ। ਪ੍ਰੋਟੋਜ਼ੋਆ ਇੱਕ ਸੈਲੀ ਜੀਵ ਹੁੰਦਾ ਹੈ ਜੋ ਕਿ ਪ੍ਰੋਟਿਸਟਾਂ ਵਰਗ ਨਾਲ ਸੰਬੰਧ ਰੱਖਦਾ ਹੈ। ਬਹੁਤ ਸਾਰੇ ਪਰਪੋਸ਼ੀ ਪ੍ਰੋਟੋਜ਼ੋਆ ਹੁੰਦੇ ਹਨ। ਇਸਦਾ ਮਤਲਬ ਹੈ ਉਹ ਆਪਣਾ ਭੋਜਨ ਆਪਣੇ ਆਪ ਨਹੀਂ ਬਣਾਉਂਦੇ, ਪਰ ਉਹ ਦੂਜੇ ਜੀਵਾਂ ਨੂੰ ਖਾ ਕੇ ਆਪਣਾ ਭੋਜਨ ਪ੍ਰਾਪਤ ਕਰ ਲੈਂਦੇ ਹਨ। ਪ੍ਰੋਟੋਜ਼ੋਆ ਅਜਿਹਾ ਇੱਕ ਸੈਲੀ ਜੀਵ ਹੈ ਜੋ ਜੀਵਾਣੂ, ਉੱਲੀ, ਕਾਰਬਨਿਕ ਪਦਾਰਥ ਅਤੇ ਦੂਜੇ ਪ੍ਰੋਟੋਜ਼ੋਆ ਨੂੰ ਖਾਂਦਾ ਹੈ। ਹੁਣ ਅਸੀਂ ਵੇਖਾਂਗੇ ਇਹ ਚੀਜ਼ਾਂ ਕਿਵੇਂ ਖਾਂਦਾ ਹੈ। ਪ੍ਰੋਟੋਜ਼ੋਆ ਵਿੱਚ ਪੋਸ਼ਣ। ਪ੍ਰੋਟੋਜ਼ੋਆ ਆਪਣਾ ਭੋਜਨ ਸੈੱਲ ਮੈਂਬਰੇਨ ਤੋਂ ਸੋਖਦਾ ਹੈ, ਜਿਵੇਂ ਕਿ ਤੁਸੀਂ ਇਸ ਯੁਗਲੀਨਾ ਵਿੱਚ ਦੇਖ ਰਹੇ ਹੋ। ਐਮੀਬਾ ਭੋਜਨ ਨੂੰ ਗ੍ਰਹਿਣ ਕਰਨ ਲਈ ਇੱਕ ਕਿਸਮ ਦੇ ਟੈਂਪਰੇਰੀ ਪੈਰ ਬਣਾ ਲੈਂਦਾ ਹੈ, ਜਿਸ ਨੂੰ ਸਿਊਡੋਪੋਡੀਆ ਕਹਿੰਦੇ ਨੇ। ਇੱਕ ਵਾਰੀ ਜਦ ਭੋਜਨ ਐਮੀਬਾ ਦੇ ਅੰਦਰ ਚਲਾ ਜਾਂਦਾ ਹੈ ਤਾਂ ਉਹ ਉਸ ਨੂੰ ਐਨਜ਼ਾਈਮਸ ਦੀ ਮਦਦ ਦੇ ਨਾਲ ਪਚਾਉਣਾ ਸ਼ੁਰੂ ਕਰ ਦਿੰਦਾ ਹੈ। ਪਾਚਨ ਦੇ ਬਾਅਦ ਉਹ ਵੇਸਟ ਮਟੀਰੀਅਲ ਨੂੰ ਸਰੀਰ ਤੋਂ ਬਾਹਰ ਸੁੱਟ ਦਿੰਦਾ ਹੈ। ਕਈ ਪ੍ਰੋਟੋਜ਼ੋਆ ਕੋਲ ਸਥਾਈ ਮੂੰਹ ਹੁੰਦਾ ਹੈ, ਜਿਸ ਨੂੰ ਸਾਈਟੋਸੋਮ ਕਹਿੰਦੇ ਨੇ। ਇਸ ਰਾਹੀਂ ਗ੍ਰਹਿਣ ਕੀਤਾ ਹੋਇਆ ਭੋਜਨ ਫੂਡ ਵੈਕਿਊਲਸ ਵਿੱਚ ਚਲਾ ਜਾਂਦਾ ਹੈ। ਇਹ ਤਾਂ ਸੀ ਇਹਨਾਂ ਦੇ ਖਾਣ ਦਾ ਤਰੀਕਾ, ਪਰ ਜੇਕਰ ਇਹਨਾਂ ਦੇ ਪੈਰ ਨਹੀਂ ਹੁੰਦੇ ਤਾਂ ਇਹ ਕਿਸ ਪ੍ਰਕਾਰ ਚੱਲਦੇ ਹਨ? ਭੋਜਨ ਦੀ ਖੋਜ ਲਈ ਪ੍ਰੋਟੋਜ਼ੋਆ ਨੂੰ ਚੱਲਣਾ ਪੈਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਐਮੀਬਾ ਆਪਣੇ ਸੂਡੋਪੀਡੀਆ ਦੀ ਮਦਦ ਨਾਲ ਚੱਲਦਾ ਹੈ। ਐਮੀਬਾ ਕੋਲ ਫਲੂਇਡ ਸੈੱਲ ਮੈਂਬਰੇਨ ਦੀ ਕਵਰਿੰਗ ਹੁੰਦੀ ਹੈ, ਜਿਸ ਤੋਂ ਉਹ ਸਟ੍ਰੈਚ, ਬੈਂਡ ਅਤੇ ਕਰਵ ਹੋ ਸਕਦੇ ਨੇ। ਜਦੋਂ ਮੈਂਬਰੇਨ ਬਾਹਰ ਦੀ ਤਰਫ ਆਉਂਦਾ ਹੈ ਤਾਂ ਫਲੂਇਡ ਅਤੇ ਉਸਦੇ ਸਰੀਰ ਦੇ ਹੋਰ ਹਿੱਸੇ ਵੀ ਅੱਗੇ ਵੱਧਦੇ ਨੇ। ਇਸ ਤਰ੍ਹਾਂ ਸਿਊਡੋਪੋਡੀਆ ਬਣਦਾ ਹੈ। ਫਲੈਜੀਲੇਟਸ ਆਪਣੇ ਫਲੈਜਿਲਾ ਨੂੰ ਹਿਲਾਉਂਦੇ ਹੋਏ ਤੈਰਦਾ ਹੈ। ਉਹ ਮੱਛੀ ਦੀ ਤਰ੍ਹਾਂ ਪਾਣੀ ਵਿੱਚ ਆਪਣੇ ਫਲੈਜਿਲਾ ਨੂੰ ਪੁਸ਼ ਕਰਦਾ ਅਤੇ ਅੱਗੇ ਵੱਧਦਾ ਹੈ। ਕੁਝ ਪ੍ਰੋਟੋਜ਼ੋਆ ਆਪਣੇ ਸਿਲੀਆ ਦੀ ਮਦਦ ਦੇ ਨਾਲ ਪਾਣੀ ਅੰਦਰ ਤੈਰ ਸਕਦੇ ਨੇ। ਹੁਣ ਅਸੀਂ ਪ੍ਰੋਟੋਜ਼ੋਆ ਦੀ ਆਰਥਿਕ ਮਹੱਤਤਾ ਬਾਰੇ ਚਰਚਾ ਕਰਾਂਗੇ। ਯੂਜ਼ਫੁੱਲ ਪ੍ਰੋਟੋਜ਼ੋਆ ਭਾਵ ਲਾਭਦਾਇਕ ਪ੍ਰੋਟੋਜ਼ੋਆ। ਪ੍ਰੋਟੋਜ਼ੋਆ ਡੈੱਡ ਅਤੇ ਡੀਕੇਡ ਮੈਟਰ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਇਹ ਨਿਊਟ੍ਰੀਐਂਟਸ ਨੂੰ ਪੌਦਿਆਂ ਦੇ ਇਸਤੇਮਾਲ ਲਈ ਧਰਤੀ ਵਿੱਚ ਵਾਪਸ ਪਹੁੰਚਾ ਦਿੰਦਾ ਹੈ। ਪ੍ਰੋਟੋਜ਼ੋਆ ਬੈਕਟੀਰੀਆ ਨੂੰ ਖਾਂਦਾ ਹੈ। ਇਸ ਨਾਲ ਬੈਕਟੀਰੀਆ ਦੀ ਸੰਖਿਆ ਕੰਟਰੋਲ ਭਾਵ ਕਾਬੂ ਵਿੱਚ ਰਹਿੰਦੀ ਹੈ। ਪ੍ਰੋਟੋਜ਼ੋਆ ਆਪਣੇ ਭੋਜਨ ਨੂੰ ਪਚਾ ਕੇ ਨਾਈਟ੍ਰੋਜਨ ਛੱਡਦਾ ਹੈ, ਜੋ ਕਿ ਪਲਾਂਟਸ ਭਾਵ ਪੌਦਿਆਂ ਅਤੇ ਹੋਰ ਜੀਵਾਂ ਦੇ ਕੰਮ ਆਉਂਦੀ ਹੈ। ਪ੍ਰੋਟੋਜ਼ੋਆ ਦੂਜੇ ਸੋਇਲ ਔਰਗੈਨਿਜ਼ਮਸ ਭਾਵ ਮਿੱਟੀ ਵਿੱਚ ਰਹਿਣ ਵਾਲੇ ਜੀਵ ਦੇ ਭੋਜਨ ਦਾ ਸਰੋਤ ਵੀ ਹਨ। ਇਹ ਬਿਮਾਰੀਆਂ ਨੂੰ ਫੈਲਾਉਣ ਵਾਲੇ ਜੀਵਾਂ ਨੂੰ ਖਾ ਕੇ ਉਹਨਾਂ ਦੀ ਸੰਖਿਆ ਨੂੰ ਵੀ ਕੰਟਰੋਲ ਕਰਦੇ ਹਨ। ਇੰਨੇ ਮਦਦਗਾਰ ਹੋਣ ਦੇ ਬਾਵਜੂਦ ਵੀ ਪ੍ਰੋਟੋਜ਼ੋਆ ਆਪ ਵੀ ਕੁਝ ਬਿਮਾਰੀਆਂ ਫੈਲਾਉਂਦੇ ਹਨ। ਆਓ ਹੁਣ ਕੁਝ ਬਿਮਾਰੀਆਂ ਫੈਲਾਉਣ ਵਾਲੇ ਪ੍ਰੋਟੋਜ਼ੋਆ ਬਾਰੇ ਚਰਚਾ ਕਰੀਏ। ਹਾਰਮਫੁੱਲ ਪ੍ਰੋਟੋਜ਼ੋਆ ਭਾਵ ਹਾਨੀਕਾਰਕ ਪ੍ਰੋਟੋਜ਼ੋਆ।
ਜੋ ਪ੍ਰੋਟੋਜ਼ੋਆ ਬਿਮਾਰੀ ਫੈਲਾਉਂਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਦੋ ਪੜਾਅ ਹੁੰਦੇ ਹਨ। ਪਹਿਲਾ ਪੜਾਅ ਸਿਸਟ ਹੈ, ਜਿਸ ਨਾਲ ਇਨਫੈਕਸ਼ਨ ਫੈਲਦਾ ਹੈ। ਜਦੋਂ ਇਹ ਸਿਸਟ ਹੋਸਟ ਦੇ ਸਰੀਰ ਅੰਦਰ ਪਹੁੰਚ ਜਾਂਦਾ ਹੈ ਤਾਂ ਇਹ ਸਰੀਰ ਦੇ ਅੰਦਰ ਹੀ ਪਨਪਣ ਲੱਗ ਪੈਂਦਾ ਹੈ ਅਤੇ ਆਪਣੇ ਨੋਰਮਲ ਰੂਪ ਵਿੱਚ ਆ ਜਾਂਦਾ ਹੈ। ਇਹ ਹੀ ਇਸ ਦੇ ਜੀਵਨ ਦਾ ਦੂਸਰਾ ਪੜਾਅ ਹੈ। ਇਸ ਤੋਂ ਬਾਅਦ ਹੋਸਟ ਵਿੱਚ ਬਿਮਾਰੀ ਦੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ। ਮਨੁੱਖ ਦੇ ਵਿੱਚ ਪ੍ਰੋਟੋਜ਼ੋਆ ਤੋਂ ਜਿਹੜੀਆਂ ਆਮ ਬਿਮਾਰੀਆਂ ਹੁੰਦੀਆਂ ਹਨ ਉਹ ਹਨ ਡਾਈਸੈਂਟਰੀ ਭਾਵ ਦਸਤ, ਸਲੀਪਿੰਗ ਸਿਕਨੈਸ ਅਤੇ ਮਲੇਰੀਆ। ਆਓ ਕੁਝ ਅਜਿਹੇ ਪ੍ਰੋਟੋਜ਼ੋਆ ਵੇਖੀਏ। ਟ੍ਰਿਪੈਨੋਸੋਮਾ ਬਰੂਸੀ, ਇਹ ਪ੍ਰੋਟੋਜ਼ੋਆ ਸੀਕ ਸੀਕ ਨਾਂ ਦੀ ਮੱਖੀ ਅੰਦਰ ਰਹਿੰਦੇ ਨੇ ਅਤੇ ਸਲੀਪਿੰਗ ਸਿਕਨੈਸ ਨਾਂ ਦੀ ਬਿਮਾਰੀ ਫੈਲਾਉਂਦੇ ਨੇ। ਇਹ ਬਿਮਾਰੀ ਅਫਰੀਕਾ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਸ ਨੂੰ ਅਫਰੀਕਨ ਸਿਕਨੈਸ ਵੀ ਕਿਹਾ ਜਾਂਦਾ ਹੈ। ਇਹ ਦਿਮਾਗ ਵਿੱਚ ਇਨਫੈਕਸ਼ਨ ਕਰ ਦਿੰਦੀ ਹੈ। ਇਹ ਬਿਮਾਰੀ ਹੌਲੀ ਹੌਲੀ ਆਉਂਦੀ ਹੈ, ਪਰ ਅਗਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਜਾਂਦੀ ਹੈ। ਟ੍ਰਿਪੈਨੋਸੋਮਾ ਕਰੂਜ਼ੀ ਇੱਕ ਹੋਰ ਬਿਮਾਰੀ ਹੈ ਜੋ ਕਿ ਟ੍ਰਿਪੈਨੋਸੋਮਾ ਕਰੂਜ਼ੀ ਨਾਮਕ ਪ੍ਰੋਟੋਜ਼ੋਆ ਤੋਂ ਹੁੰਦੀ ਹੈ। ਇਸ ਨੂੰ ਚਾਗਾਜ਼ ਡਿਜ਼ੀਜ਼ ਵੀ ਕਹਿੰਦੇ ਨੇ। ਇਹ ਪ੍ਰੋਟੋਜ਼ੋਆ ਇੱਕ ਕੀੜੇ ਦੇ ਅੰਦਰ ਰਹਿੰਦੇ ਨੇ। ਇਹ ਬਿਮਾਰੀ ਮੈਕਸੀਕੋ ਅਤੇ ਸਾਊਥ ਅਮੈਰੀਕਾ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਐਂਟਾਮੋਇਬਾ ਹਿਸਟੋਲੀਟਿਕਾ, ਇਸ ਨਾਲ ਇੱਕ ਗੰਭੀਰ ਕਿਸਮ ਦਾ ਡਾਇਰੀਆ ਹੁੰਦਾ ਹੈ, ਜਿਸ ਨੂੰ ਐਮੀਬਿਓਸਿਸ ਕਹਿੰਦੇ ਨੇ। ਇਹ ਗੰਦੇ ਪਾਣੀ ਨਾਲ ਹੋਣ ਵਾਲੀ ਬਿਮਾਰੀ ਹੈ। ਇਸ ਦਾ ਸਫਲਤਾਪੂਰਵਕ ਇਲਾਜ ਹੋ ਸਕਦਾ ਹੈ ਜੇਕਰ ਪ੍ਰੋਪਰ ਟ੍ਰੀਟਮੈਂਟ ਨਾਲ ਪੀਣ ਵਾਲੇ ਪਾਣੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਦੁਬਾਰਾ ਹੋ ਸਕਦੀ ਹੈ। ਐਂਟਾਮੋਇਬਾ ਦੇ ਇਨਫੈਕਸ਼ਨ ਤੋਂ ਬਚਣ ਦੇ ਲਈ ਇਹ ਕਰਨਾ ਚਾਹੀਦਾ, ਪਾਣੀ ਉਬਾਲ ਕੇ ਪੀਓ, ਕੱਚੀਆਂ ਸਬਜ਼ੀਆਂ ਨਾ ਖਾਵੋ, ਆਪਣੇ ਭੋਜਨ ਨੂੰ ਮੱਖੀਆਂ ਤੋਂ ਬਚਾਓ। ਪਲਾਜ਼ਮੋਡੀਅਮ ਵਾਇਵੈਕਸ, ਇਹ ਪ੍ਰੋਟੋਜ਼ੋਆ ਮਲੇਰੀਆ ਨਾਂ ਦੀ ਬਿਮਾਰੀ ਫੈਲਾਉਂਦਾ ਹੈ। ਇਹ ਫੀਮੇਲ ਐਨੋਫਲੀਜ਼ ਮੋਸਕੀਟੋ ਦੇ ਸਰੀਰ ਵਿੱਚ ਹੁੰਦਾ ਹੈ। ਜਦੋਂ ਇਹ ਮੱਛਰ ਡੰਗ ਮਾਰਦਾ ਹੈ ਤਾਂ ਇਹ ਪ੍ਰੋਟੋਜ਼ੋਆ ਮਨੁੱਖ ਦੇ ਸਰੀਰ ਦੇ ਅੰਦਰ ਚਲੇ ਜਾਂਦੇ ਨੇ ਅਤੇ ਮਲੇਰੀਆ ਫੈਲਾਉਂਦੇ ਨੇ। ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਹਰ ਸਾਲ ਹਜ਼ਾਰਾਂ ਲੋਕ ਮਲੇਰੀਆ ਤੋਂ ਮਰਦੇ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਗਰਭਵਤੀ ਔਰਤਾਂ ਜ਼ਿਆਦਾ ਹੁੰਦੀਆਂ ਹਨ? ਮਲੇਰੀਆ ਤੋਂ ਬਚਾਵ ਅਤੇ ਇਲਾਜ ਸੰਭਵ ਹੈ। ਜਲਦੀ ਪਤਾ ਲੱਗਣ 'ਤੇ ਮਲੇਰੀਆ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਬਚਾਵ ਦੇ ਉਪਾਅ ਇਸ ਤਰ੍ਹਾਂ ਦੇ ਹਨ। ਮੱਛਰਾਂ ਦੇ ਕੱਟਣ ਤੋਂ ਬਚੋ। ਮੱਛਰਾਂ ਤੋਂ ਬਚਾਵ ਵਾਲੀ ਕਰੀਮ ਇਸਤੇਮਾਲ ਕਰੋ। ਮੱਛਰਦਾਨੀ ਦਾ ਇਸਤੇਮਾਲ ਕਰੋ। ਜੇਕਰ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਚੰਗੇ ਡਾਕਟਰ ਤੋਂ ਦਵਾਈ ਲਵੋ। ਸਾਰੇ ਪ੍ਰੋਟੋਜ਼ੋਆ ਮਨੁੱਖ ਲਈ ਹਾਨੀਕਾਰਕ ਨਹੀਂ ਹੁੰਦੇ। ਗੰਦਗੀ ਦੇ ਪ੍ਰਬੰਧ ਦੇ ਆਧੁਨਿਕ ਤਰੀਕੇ ਲਈ ਕੁਝ ਪ੍ਰੋਟੋਜ਼ੋਆ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਇਹ ਸੀਵਰੇਜ ਨੂੰ ਨੁਕਸਾਨ ਰਹਿਤ ਅਵਸਥਾ ਵਿੱਚ ਬਦਲ ਸਕੇ। ਪ੍ਰੋਟੋਜ਼ੋਆ ਪ੍ਰਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ। ਪ੍ਰਤੀਕੂਲ ਅਵਸਥਾ ਵਿੱਚ ਇਹ ਆਪਣੇ ਆਪ ਨੂੰ ਸੁਸਤ ਅਵਸਥਾ ਵਿੱਚ, ਜਿਸ ਨੂੰ ਸਿਸਟ ਕਹਿੰਦੇ ਹਨ, ਵਿੱਚ ਬਦਲ ਲੈਂਦਾ ਹੈ। ਅਨੁਕੂਲ ਪ੍ਰਸਥਿਤੀਆਂ ਵਿੱਚ ਇਹ ਸਿਸਟ ਦੁਆਰਾ ਸਧਾਰਨ ਪ੍ਰੋਟੋਜ਼ੋਆ ਵਿੱਚ ਬਦਲ ਜਾਂਦਾ ਹੈ। ਅਤੇ ਇਸ ਤਰ੍ਹਾਂ ਅਸੀਂ ਵੇਖਿਆ
ਕਿ ਇਹ ਪ੍ਰਤੀਕੂਲ ਦਸ਼ਾਵਾਂ ਵਿੱਚ ਵੀ ਜ਼ਿੰਦਾ ਰਹਿੰਦੇ ਹਨ। ਅੱਜ ਅਸੀਂ ਪ੍ਰੋਟੋਜ਼ੋਆ ਬਾਰੇ ਜੋ ਕੁਝ ਵੀ ਸਿੱਖਿਆ ਹੈ, ਆਓ ਉਸ 'ਤੇ ਸੰਖੇਪ ਵਿੱਚ ਇੱਕ ਨਜ਼ਰ ਮਾਰੀਏ। ਸੂਖਮ ਜੀਵ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹਨ। ਸੂਖਮ ਜੀਵ ਦੇ ਅੰਦਰ ਵਿਸ਼ਾਣੂ, ਜੀਵਾਣੂ, ਕਾਈ, ਉੱਲੀ ਅਤੇ ਪ੍ਰੋਟੋਜ਼ੋਆ ਹੁੰਦੇ ਹਨ। ਇਸ ਸੰਸਾਰ ਵਿੱਚ ਸਾਰੇ ਜੀਵਾਂ ਦੀ ਤੁਲਨਾ ਵਿੱਚ ਪ੍ਰੋਟੋਜ਼ੋਆ ਇੱਕ ਅਜਿਹਾ ਜੀਵ ਹੈ ਜੋ ਗਿਣਤੀ ਅਤੇ ਬਾਇਓਮਾਸ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਪ੍ਰੋਟੋਜ਼ੋਆ ਇੱਕ ਸੈਲੀ ਜੀਵ ਹੈ ਜੋ ਕਿ ਭੋਜਨ ਲਈ ਦੂਜੇ ਜੀਵਾਂ 'ਤੇ ਨਿਰਭਰ ਰਹਿੰਦਾ ਹੈ। ਮਤਲਬ ਉਹ ਆਪਣਾ ਭੋਜਨ ਆਪਣੇ ਆਪ ਨਹੀਂ ਬਣਾਉਂਦੇ, ਪਰ ਉਹ ਦੂਜੇ ਜੀਵਾਂ ਨੂੰ ਖਾ ਕੇ ਆਪਣਾ ਭੋਜਨ ਪ੍ਰਾਪਤ ਕਰ ਲੈਂਦੇ ਹਨ। ਕੁਝ ਪ੍ਰੋਟੋਜ਼ੋਆ ਡਾਇਰੀਆ, ਮਲੇਰੀਆ, ਸਲੀਪਿੰਗ ਸਿਕਨੈਸ ਵਰਗੀਆਂ ਸੀਰੀਅਸ ਬਿਮਾਰੀਆਂ ਨੂੰ ਫੈਲਾਉਂਦੇ ਹਨ। ਹਰ ਪ੍ਰੋਟੋਜ਼ੋਆ ਦੇ ਚੱਲਣ ਦਾ ਤਰੀਕਾ ਵੱਖਰਾ ਵੱਖਰਾ ਹੁੰਦਾ ਹੈ। ਕੁਝ ਸੀਲੀਆ ਨਾਲ ਚੱਲਦੇ ਹਨ ਅਤੇ ਕੁਝ ਫਲੈਜਲਾ ਦੇ ਨਾਲ। ਪ੍ਰੋਟੋਜ਼ੋਆ ਸਧਾਰਨ ਸੂਖਮ ਜੀਵਾਂ ਦਾ ਇੱਕ ਅਜਿਹਾ ਸਮੂਹ ਹੈ ਜੋ ਹਰ ਥਾਂ 'ਤੇ ਮੌਜੂਦ ਹੁੰਦੇ ਹਨ। ਪ੍ਰੋਟੋਜ਼ੋਆ ਬਾਰੇ ਇਸ ਜਾਣਕਾਰੀ ਦੇ ਬਾਅਦ ਇਸ ਦਾ ਬੈਸਟ ਯੂਜ਼ ਕਰ ਸਕਦੇ ਹਾਂ ਅਤੇ ਬਿਮਾਰੀ ਫੈਲਾਉਣ ਵਾਲੇ ਪ੍ਰੋਟੋਜ਼ੋਆ ਨੂੰ ਕੰਟਰੋਲ ਵੀ ਕਰ ਸਕਦੇ ਹਾਂ। ਪ੍ਰੋਟੋਜ਼ੋਆ ਬਾਰੇ ਪੂਰੀ ਜਾਣਕਾਰੀ ਹੋਣ 'ਤੇ ਹੀ ਅਸੀਂ ਇਸ ਦੀ ਵਰਤੋਂ ਮਨੁੱਖਤਾ ਦੇ ਹਿੱਤ ਵਿੱਚ ਕਰ ਸਕਦੇ ਹਾਂ ਅਤੇ ਇਸ ਤੋਂ ਹੋਣ ਵਾਲੇ ਖਤਰਿਆਂ ਤੋਂ ਬਚ ਸਕਦੇ ਹਾਂ। ਹੁਣ ਅਸੀਂ ਇਸ ਪਾਠ ਦੇ ਅੰਤ 'ਤੇ ਪਹੁੰਚ ਗਏ ਹਾਂ। ਆਓ ਇੱਕ ਛੋਟੇ ਜਿਹੇ ਟੈਸਟ ਰਾਹੀਂ ਜਾਣੀਏ ਕਿ ਤੁਸੀਂ ਪ੍ਰੋਟੋਜ਼ੋਆ ਬਾਰੇ ਕੀ ਸਿੱਖਿਆ। ਪਹਿਲਾ ਸਵਾਲ ਹੈ, ਪ੍ਰੋਟੋਜ਼ੋਆ ਜੀਵਾਂ ਦੇ ਕਿਸ ਗਰੁੱਪ ਨਾਲ ਸੰਬੰਧ ਰੱਖਦਾ ਹੈ? ਯੈਸ, ਪ੍ਰੋਟਿਸਟਾ। ਇਸ ਚਿੱਤਰ ਵਿੱਚ ਕਿਹੜਾ ਪ੍ਰੋਟੋਜ਼ੋਆ ਵਿਖਾਇਆ ਗਿਆ ਹੈ? ਹਾਂ, ਇਹਦਾ ਉੱਤਰ ਹੈ ਪੈਰਾਮੀਸ਼ੀਅਮ। ਅਗਲਾ ਸਵਾਲ ਹੈ, ਪ੍ਰੋਟੋਜ਼ੋਆ ਆਪਣਾ ਪੋਸ਼ਣ ਕਿਸ ਤਰ੍ਹਾਂ ਕਰਦੇ ਹਨ? ਹਾਂ, ਇਸਦਾ ਆਂਸਰ ਹੈ ਦੂਜੇ ਜੀਵਾਂ ਤੋਂ। ਹੁਣ ਅਗਲਾ ਕੁਐਸਚਨ ਹੈ, ਇੱਕ ਫਲੈਜੀਲੇਟਿਡ ਪ੍ਰੋਟੋਜ਼ੋਆ ਦਾ ਨਾਂ ਦੱਸੋ। ਹਾਂ, ਉੱਤਰ ਹੈ ਯੂਗਲੀਨਾ। ਨੈਕਸਟ ਕੁਐਸਚਨ ਹੈ, ਐਮੀਬਾਇਡ ਪ੍ਰੋਟੋਜ਼ੋਆ ਜਿਸ ਅੰਗ ਨਾਲ ਗਤੀ ਕਰਦੇ ਨੇ ਉਸਦਾ ਨਾਂ ਦੱਸੋ। ਹਾਂ, ਇਹਦਾ ਆਂਸਰ ਸੂਡੋਪੋਡੀਆ। ਅਗਲਾ ਕੁਐਸਚਨ ਹੈ, ਇੱਕ ਸੀਲੀਏਟਿਡ ਪ੍ਰੋਟੋਜ਼ੋਆ ਦਾ ਨਾਂ ਦੱਸੋ ਜਿਸ ਦੇ ਕਾਰਨ ਸਲੀਪਿੰਗ ਸਿਕਨੈਸ ਨਾਂ ਦੀ ਬਿਮਾਰੀ ਹੁੰਦੀ ਹੈ। ਹਾਂ, ਇਹਦਾ ਆਂਸਰ ਟ੍ਰਾਈਪੈਨਾਸੋਮਾ ਬੂਸੀ। ਅਗਲਾ ਸਵਾਲ ਹੈ, ਇਸ ਚਿੱਤਰ ਵਿੱਚ ਮਾਦਾ ਐਨੋਫਲੀਸ ਮੱਛਰ ਵਿਖਾਇਆ ਗਿਆ ਹੈ, ਇਸ ਨਾਲ ਕਿਹੜੀ ਬਿਮਾਰੀ ਫੈਲਦੀ ਹੈ? ਹਾਂ, ਇਸਦਾ ਉੱਤਰ ਹੈ ਮਲੇਰੀਆ। ਅਗਲਾ ਕੁਐਸਚਨ ਹੈ, ਉਸ ਪ੍ਰੋਟੋਜ਼ੋਆ ਦਾ ਨਾਂ ਦੱਸੋ ਜਿਸ ਦੇ ਕਾਰਨ ਮਲੇਰੀਆ ਹੁੰਦਾ ਹੈ। ਠੀਕ, ਆਂਸਰ ਹੈ ਪਲਾਸਮੋਡੀਅਮ ਵਾਈਵੈਕਸ। ਅਗਲਾ ਕੁਐਸਚਨ ਹੈ, ਸੀ ਫਲਾਈ ਤੋਂ ਕਿਹੜੀ ਬਿਮਾਰੀ ਫੈਲਦੀ ਹੈ? ਠੀਕ, ਇਸਦਾ ਆਂਸਰ ਹੈ ਸਲੀਪਿੰਗ ਸਿਕਨੈਸ। ਨੈਕਸਟ ਕੁਐਸਚਨ ਹੈ, ਕਿਸ ਮੱਛਰ ਵਿੱਚ ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਰਹਿੰਦੇ ਹਨ? ਠੀਕ, ਆਂਸਰ ਤਾਂ ਸਾਰੇ ਜਾਣਦੇ ਹੋ, ਇਹਦਾ ਆਂਸਰ ਮਾਦਾ ਐਨੋਫਲੀਸ। ਅਗਲਾ ਸਵਾਲ ਹੈ, ਇਸ ਚਿੱਤਰ ਵਿੱਚ ਇੱਕ ਬਿਮਾਰੀ ਫੈਲਾਉਣ ਵਾਲਾ ਪ੍ਰੋਟੋਜ਼ੋਆ
ਵਿਖਾਇਆ ਗਿਆ ਹੈ। ਇਸ ਦਾ ਨਾਂ ਦੱਸੋ। ਜੀ ਹਾਂ, ਇਸ ਦਾ ਨਾਂ ਹੈ ਐਂਟ ਐਮੀਬਾ ਹਿਸਟੋਲਿਟਿਕਾ। ਨੈਕਸਟ ਕੁਐਸਚਨ ਹੈ, ਐਂਟ ਐਮੀਬਾ ਹਿਸਟੋਲਿਟਿਕਾ ਪ੍ਰੋਟੋਜ਼ੋਆ ਤੋਂ ਕਿਹੜੀ ਬਿਮਾਰੀ ਹੁੰਦੀ ਹੈ? ਠੀਕ, ਇਹਦਾ ਆਨਸਰ ਐਮੀਬਿਓਸਿਸ। ਨੈਕਸਟ ਕੁਐਸਚਨ, ਸਲੀਪਿੰਗ ਸਿਕਨੈਸ ਦੁਨੀਆ ਦੇ ਕਿਸ ਭਾਗ ਵਿੱਚ ਹੁੰਦੀ ਹੈ? ਠੀਕ, ਇਹਦਾ ਆਨਸਰ ਅਫਰੀਕਾ। ਨੈਕਸਟ ਕੁਐਸਚਨ, ਪ੍ਰਤੀਕੂਲ ਅਵਸਥਾ ਵਿੱਚ ਪ੍ਰੋਟੋਜ਼ੋਆ ਆਪਣੇ ਆਪ ਨੂੰ ਕਿਸ ਰੂਪ ਵਿੱਚ ਬਦਲ ਲੈਂਦੇ ਹਨ? ਠੀਕ, ਇਹਦਾ ਆਨਸਰ ਸਿਸਟ। ਚੰਗਾ ਬੱਚਿਓ, ਹੁਣ ਜਾਣ ਦਾ ਵਕਤ ਹੋ ਗਿਆ। ਮੈਨੂੰ ਵਿਸ਼ਵਾਸ ਹੈ ਤੁਸੀਂ ਸਾਰੇ ਚੰਗੇ ਨੰਬਰ ਪ੍ਰਾਪਤ ਕਰੋਗੇ। ਮੈਨੂੰ ਲੱਗਦਾ ਹੈ ਮੇਰੀ ਤਰ੍ਹਾਂ ਤੁਸੀਂ ਵੀ ਪਾਠ ਦਾ ਆਨੰਦ ਮਾਣਿਆ ਹੋਵੇਗਾ। ਤੁਸੀਂ ਇਸ ਨੂੰ ਦੁਬਾਰਾ ਜ਼ਰੂਰ ਦੇਖਣਾ ਚਾਹੋਗੇ। ਇਹ ਮੇਰੇ ਲਈ ਵੀ ਖੁਸ਼ੀ ਦੀ ਗੱਲ ਹੋਵੇਗੀ। ਤੁਹਾਡੇ ਧਿਆਨ ਦੇਣ ਲਈ ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਫਿਰ ਮਿਲਾਂਗੇ।